ਵਾਰਸ਼ਾ ਸਖਾਬ ਸਰਾਦੀ ਤੇ ਕਈ ਵਜੜੇ ਗਏ ਵਜਾ ਮੀਆਂ। ਮਟਰਾਂ ਵਾਲੀ ਪੈਲੀ ਚ ਖਲੋ ਕੇ ਨਾ ਇੱਕ ਬੰਦਾ ਕਾਵਾਂ ਨੂੰ ਵੱਟੇ ਮਾਰਨ ਡਿਆ, ਨਾਲੇ ਗਾਲਾਂ ਕੱਢਣ ਡਿਆ। ਉਹ ਯਾਰ ਰਾਜਾ ਭਾਈ ਮੁਕਾਬਲੇ 'ਚ ਇੱਕ ਮਿੰਟ ਖਲੋ ਜਾਓ, ਖਲੋ ਜਾਓ। ਮਟਰਾਂ ਵਾਲੀ ਪੈਲੀ ਦੇ ਵਿੱਚ ਨਾਲੇ ਕਾਵਾਂ ਨੂੰ ਵੱਟੇ ਮਾਰਨ ਨਾਲ ਗਾਲਾਂ ਕੱਢੇ। ਉਹ ਕੋਲ ਇੱਕ ਫਕੀਰ ਬੈਠਾ ਸੀ, ਕਹਿੰਦਾ ਬਾਬਾ ਉਹ ਠੀਕ ਹੈ ਵੱਟੇ ਵੁੱਟੇ ਮਾਰੀ ਦੇਣੇ, ਆ ਗਾਲਾਂ ਕਿਉਂ ਕੱਢਣ ਡਿਆ? ਉਹ ਪਤਾ ਕਹਿੰਦਾ, ਕਹਿੰਦਾ ਯਾਰ ਕਾਂ ਮਟਰ ਖਾ ਕੇ ਇੰਜ ਹੋ ਗਿਆ, ਉਹ ਹੋ ਗਿਆ। ਹੈਂ ਅੱਗੋਂ ਫਕੀਰ ਪਤਾ ਕੀ ਕਹਿੰਦਾ, ਕਹਿੰਦਾ ਪੁੱਤਰ ਤੇਰਾ ਅੱਬਾ ਵੀ ਵੱਟੇ ਮਾਰਦਾ ਸੀ, ਤੇਰਾ ਦਾਦਾ ਵੀ ਵੱਟੇ ਮਾਰਦਾ ਸੀ, ਉਹ ਤੇਰਾ ਪੜਦਾਦਾ ਵੀ ਵੱਟੇ ਮਾਰਦਾ ਸੀ। ਵੇਖ ਲੈ ਨਾ ਦਾਦਾ ਹੈਗਾ ਨਾ ਪੜਦਾਦਾ ਹੈਗਾ ਨਾ ਅੱਬਾ ਹੈਗਾ, ਪੈਲੀ ਵੀ ਹੈਗੀ ਹੈ, ਕਾਂ ਵੀ ਹੈਗੇ ਨੇ, ਮਟਰ ਵੀ ਹੈਗੇ ਨੇ। ਅਤੇ ਬਾਬਾ ਫਰੀਦ ਪਤਾ ਕੀ ਕਹਿੰਦੇ ਨੇ ਇਸ ਮੌਜੂ 'ਤੇ? ਹੈਂ ਉਹ ਫਰਮਾਉਂਦੇ ਨੇ, ਕਿੱਥੇ ਗਏ ਤੇਰੇ ਵੱਡੇ ਵਡੇਰੇ ਜਿੰਨਾ ਤੈਨੂੰ ਜਣਿਆ, ਇੱਕ ਇੱਕ ਕਰਕੇ ਟੁਰ ਗਏ ਸਾਰੇ, ਤੇ ਕੋਈ ਨਾ ਤੇਰਾ ਬਣਿਆ। ਪਤਾ ਕੀ ਗੱਲ ਹੈ, ਤਾਰੀਫ ਦੇ ਕਾਬਲ ਨੇ ਉਹ ਲੋਕ ਜਿਹਨਾਂ ਦੀ ਇਹ ਕਾਫਿਸ਼ ਹੈ। ਇਹ ਵੇਖੋ ਨਾ ਸਾਡੇ ਸਾਹਮਣੇ ਸ਼ਾਹਿਦ ਇਮਰਾਨ ਮਾਰਤ ਸਾਹਿਬ, ਡਿਪਟੀ ਕਮਿਸ਼ਨਰ ਸ਼ੇਖੂਪੁਰਾ, ਜਿਹਨਾਂ ਨੇ ਬੜੀ ਮੁਹੱਬਤ ਦੇ ਨਾਲ ਸਾਰਾ ਡੀਲ ਕੀਤਾ, ਔਰ ਸਾਡੇ ਐਸ ਸੀ ਸਾਹਿਬ ਮੀਆਂ ਨਜ਼ੀਰ ਸਾਹਿਬ, ਜਿੰਨੇ ਵੀ ਮਹਿਕਮੇ ਨੇ ਸਭ ਨੂੰ ਸਲਾਮ ਹੈ। ਮੈਨੂੰ ਇਹ ਹਦਾਇਤ ਹੈ ਕਿ ਇਹਨਾਂ ਨੂੰ ਸਲਾਮ ਕਰਦੇ ਰਹਿਣਾ। ਲਓ ਦੋਸਤੋ, ਸੈਯਦ ਵਕਾਸ ਸ਼ਾਹ ਨਾਰੋਵਾਲ ਤੋਂ ਤਿੰਨ ਮਿਸਰੇ। ਹੱਥ ਬਣ ਕੇ ਗੱਲ ਵਿਸ਼ੀ ਪਾ ਪੱਲਾ ਕਈ ਦੇਸ਼ ਚਲਾ ਮੇਰਾ ਮੈਨੂੰ ਵੈਰੀਆਂ ਦੇ ਵਸ ਪਾਇਓ ਨੇ ਓ ਸਈਆਂ ਜਾ ਵਿਸਾਰਿਆ ਨਾਮ ਮੇਰਾ ਮਜੋਵਾ ਵਿਸ਼ਗੋਰੀਏ ਮਾਪਿਆਂ ਨੂੰ ਮਜੋ ਬੋਰੀਏ ਮਾਪਿਆਂ ਨੂੰ ਨਾਲ ਨਹੀਂ ਕੋਈ ਕਾਮ ਮੇਰਾ ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀ ਓ
के इतना कहीं पगाम मेरा करो मेहरबानी तुही आपा नहीं ते होंदा ये कम तमाम मेरा वारस नाल बेवारसां रहम कीजे ओ मेहरबान हो के आओ शाम मेरा क्या बात ਰੂਹ ਗਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਿਲਾਇਆ ਹੀ ਵਾਰ ਸ਼ਾਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਜੀ ਤੇ ਇਹ ਜਿਹੜਾ ਜੋੜਾ ਬਣਾਇਆ ਜੀ ਨਾ ਇਹ ਬੜੀ ਚਕਾਨੀ ਦੇਣ ਡਿਆ ਇੱਕ ਮੈਕ ਨੀਵਾਂ ਤੇ ਇੱਕ ਉੱਚਾ ਅੱਛਾ ਸੁਣੋ ਪੰਜਾਬ ਵਾਲਿਓ ਅੱਜ ਦੀ ਦਿਹਾੜੀ ਤੁਸੀਂ ਪਹਿਲੇ ਦਿਨ ਆਏ ਹੋ ਕਿਉਂਕਿ ਤੁਸੀਂ ਨਵਾਂ ਨਵਾਂ ਚੈਨਲ ਬਣਾਇਆ ਕੋਈ ਗੱਲ ਨਹੀਂ ਆਓ ਜੀ ਬਾਬਾ ਪੱਗਾਂ ਵਾਲਿਆ ਆ ਜਾ ਇਹ ਵੇਖਣਾ ਬਾਬਾ ਬੁੱਲੇ ਸ਼ਾਹ ਸਰਕਾਰ ਦਾ ਸ਼ੇਰ ਯਾਦ ਆ ਗਿਆ ਬਾਬਾ ਕਹਿੰਦਾ ਨਾ ਕਰਮਾਨ ਰੁਪਈਏ ਵਾਲਾ ਨਾ ਬਣਬੋ ਵੱਡੇ ਪੱਗੇ ਉਹ ਖਰਾ ਖੋਟਾ ਪਹਿਚਾਣ ਲੈਣਗੇ ਜਦ ਗਏ ਸਰਾਫ ਦੇ ਅੱਗੇ ਉਹ ਮਾਲੋ ਪੂਰਾ ਵਜ਼ਨੋ ਖੋਟਾ ਜਦੋਂ ਸਿਰ ਸੱਟ ਸਿਰੇ ਤੇ ਲੱਗੇ ਬੁੱਲੇ ਸ਼ਾਹ ਤੂੰ ਕੌਡੀ ਹੋ ਜਾ ਤੈਨੂੰ ਵੱਟਾ ਹੀ ਮੂਰ ਨਾ ਲੱਗੇ ਬਾਬਾ ਜੀ ਦੋ ਸ਼ੇਰ ਖੈਰਾ ਹੋ ਜਾਣ ਹੈਲੋ ਅਸਲਾਮ ਅਲੈਕੁਮ ਸਾਰੀ ਸਰਕਾਰ ਸਾਰੀ ਪੰਜਾਬ ਦੋ ਸਾਲ ਹੋ ਗਏ ਮੈਂ ਨਹੀਂ ਆਇਆ ਬਿਮਾਰ ਹਾਂ ਅੱਛਾ ਉਨੀ ਮੈਂ ਇਵੇਂ ਹੀ ਹਾਂ ਅਤੇ ਸਦਕਾ ਹੁੰਦਾ ਮੈਂ ਬੇਲੀ ਦਾ ਅਤੇ ਖੈਰ ਖੈਰ ਹੋ ਜਾ ਹਾਂ 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 ਬਾਬੇ ਦਾ ਇਸ਼ਕ ਦੇਖਣਾ ਲੱਖਾਂ ਵੈਦ ਕੀ ਵੈਦ ਲਗਾ ਆ ਥੱਕੇ ਤੁਰੋਂ ਟੁੱਟਲੀ ਕਿਸੇ ਨਹੀਂ ਜੋ ਜਿੱਥੇ ਕਲਮੇ ਤਕਦੀਰ ਦੀ ਬਗੀ ਚੁੱਕੀ ਮੈਂ ਕਿਸੇ ਵੈਦ ਜੀ ਨਾਲ ਨਹੀਂ ਅਮੋੜਨੇ ਲੈ ਤੇਰੀਆਂ ਮਿੰਤਾਂ ਗੰਢੀ ਉਸ ਦੀ ਕਿਸੇ ਨਹੀਂ ਤੋ ਦੇ
ਹੱਥ ਕੰਮ ਵਿੱਚ ਬੋਤੜੀ ਵੇ ਹੋਵੇ ਚੰਗੀ ਸੋਇਓ ਖੈਰ ਅਸਾਂ ਹੁਣ ਲੋੜ ਨੀ ਵੇ ਮਕਰੀਆ ਵੇ ਜਾੜੇ ਝੂਠ ਦੇ ਰੱਬੇ ਉਖੇੜਨੇ ਵੇ ਬਿਨਾ ਵੇ ਪੁੱਛਿਓ ਦੱਸਿਓ ਵੈਦ ਬਣਿਓ ਤੇਰੀ ਵੈਦ ਕੀ ਕਿਸੇ ਨਹੀਂ ਦੋ ਨਿਵੇ ਜੇ ਤੂੰ ਮਰਜ਼ੀ ਪਛਾਣ ਕੇ ਲੱਭ ਨਵੇ ਤੇਰੀ ਹਿਕਮਤ ਹੁਣੇ ਚਾ ਟੋੜਨੇ ਵੇ ਆਈ ਹੋਈ ਕਲਾ ਤੂੰ ਮਰਜ਼ੀ ਪਛਾਣ ਕੇ ਲੱਭ ਤੇਰੀ ਹਿਕਮਤ ਹੁਣੇ ਚਾਰੀਆਂ ਬਾਬੇ ਦੇ ਨਾਂ ਦੀਆਂ ਫਰਮਾਨ ਅਲੀ ਬਾਬੇ ਨੂੰ ਫੜੋ ਜੀ ਫਰਮਾਨ ਅਲੀ ਸ਼ਕਲ ਕੱਢ ਦੋ ਆਵੇ ਯਾਰ ਆ ਮੈਂ ਸਾਡੇ ਪੜ੍ਹਨ ਵਾਲੇ ਦਾ ਮੂੰਹ ਹੀ ਲੁਕਾ ਲੈਂਦਾ ਇੱਥੇ ਪਿਆ ਜੇ ਚਲੋ ਆਓ ਜੀ ਫਰਮਾਨ ਵਾਲੀ ਜਲਦੀ ਆਓ ਜਲਦੀ ਸ਼ਕਰ ਕਰ ਇੱਥੇ ਆ ਇੱਥੇ ਚੱਲ ਆਓ ਪੜ੍ਹਨ ਵਾਲੇ ਦਾ ਚਿਹਰਾ ਤਾਂ ਨਜ਼ਰ ਆਵੇ ਜਿਹੜੇ ਸਟਾਈਲ ਕਰਦੇ ਨੇ ਇਹਨਾਂ ਦਾ ਤਾਂ ਮਜ਼ਾ ਸਾਕ ਮਾੜਿਆਂ ਦੇ ਲੈਣ ਡਾਡੇ
ਮਨ ਪੁੱਜਦੇ ਹੋ ਨਾ ਓਏ ਬੋਲਦੇ ਨੀ ਨਹੀਂ ਚੱਲਦਾ ਬਸ ਲਾਚਾਰ ਹੋ ਕੇ ਮੋਏ ਸੱਪ ਵਾਂਗੂ ਬਿਸਕੋਲ ਦੇਣੀ ਕਦੇ ਆਂਖ ਤੇ ਮਾਰੀਏ ਆਪ ਮਰੀਏ ਤੇ ਪੇ ਅੰਦਰੋਂ ਬਾਹਰੋਂ ਓਏ ਡੋਲ ਦੇਣੀ ਗੁਣ ਮਾਰ ਆਂਦੇ ਓਏ ਸਦਰਨ ਵਿੱਚੇ ਤੇ ਮਾੜੇ ਮਾੜਿਆਂ ਤੇ ਦੁੱਖ ਬੋਲ ਦੇਣੀ ਮਾਲਦਾਰ ਨੂੰ ਕਰੇ ਨਾ ਹੋਏ ਕੋਈ ਝੂਠਾ ਤੇ ਝੂਠਾ ਕਰ ਕੰਗਾਲ ਨੂੰ ਹੋਏ ਟੋਲ ਦੇਣੀ ਵਾਰਸ ਸ਼ਾਹ ਲਤਾੜ ਦੇ ਹੋਏ ਪੇ ਮਾੜੇ ਮਾਰੇ ਖੋਫ ਦੇ ਮੂੰਹ ਨਾ ਬੋਲ ਦੇਣੀ ਮੇਲਾ ਵੈਸੇ ਤੇ ਜਿੱਥੇ ਜਗ੍ਹਾ ਲੱਗੇ ਬਹਿ ਜਾਣਾ ਚਾਹੀਦਾ, ਲੇਕਿਨ ਇੱਕ ਗੱਲ ਹੈ, ਸਿਆਣਿਆਂ ਪਤਾ ਕੀ ਕਿਹਾ, ਪਈ ਦਾ ਉੱਥੇ ਵੇ ਜਿੱਥੋਂ ਕੋਈ ਜਾਏ ਨਾ। ਕਿਉਂ ਚਾਚਾ ਇਹ ਜੀ ਗੱਲ ਹੈ, ਕਹਿੰਦੀ ਗੱਲ ਤੁਸੀਂ ਇੱਥੇ ਬਹਿ ਜਾਓ, ਜਦੋਂ ਕੋਈ ਮਤਲਬ ਸਾਨੂੰ ਲੋੜ ਪਈ ਨਾ ਤਾਂ ਫਿਰ ਗੁੱਸਾ ਨਾ ਕਰਿਆ, ਜਦੋਂ ਲੋੜ ਪਈ ਰਸਤੇ ਦੀ ਜਦੋਂ ਲੋੜ ਪਈ ਹੈ ਉਦੋਂ ਨਾ ਕਿਹਾ ਜੇ ਕਿ ਯਾਰ ਕੁਛ ਨਹੀਂ ਕਹਿੰਦੇ ਸਾਨੂੰ, ਲੇਕਿਨ ਕੰਪਰੋਮਾਈਜ਼ ਕਰਿਆ ਗਿਆ। ਮੈਂ ਗੁਜ਼ਾਰਿਸ਼ ਕਰਾਂਗਾ, ਦੇਖੋ ਇਹ ਮਹਿਕਮੇ ਜਿਹੜੇ ਕੱਲ੍ਹ ਪਰਸੋਂ ਦੇ ਇੱਥੇ ਆਏ ਨੇ, ਮਹਿਕਮਾ ਪੁਲਿਸ ਅਤੇ ਸਾਰੇ ਮਹਿਕਮੇ, ਮਹਿਕਮਾ ਸਿਹਤ 1122, ਮਹਿਕਮਾ ਸਿਵਲ ਡਿਫੈਂਸ ਔਰ ਜਿੰਨੇ ਵੀ ਅਦਾਰੇ ਇੱਥੇ ਕੰਮ ਕਰ ਰਹੇ ਨੇ, ਬੜੀ ਕਾਬਿਸ਼ ਦੇ ਨਾਲ ਉਹਨਾਂ ਨੇ ਇਹ ਸਾਰੀਆਂ ਮਿਹਨਤਾਂ ਕੀਤੀਆਂ। ਔਰ ਇਹ ਫਕੀਰ ਦੇ ਨਾਲ ਉਹਨਾਂ ਦੀ ਮੁਹੱਬਤ ਕਿਉਂ ਨਾ, ਤੁਹਾਡੀ ਬੜੀ ਮਿਹਰਬਾਨੀ ਹੈ। ਦੇਖੋ ਜਿਨ੍ਹਾਂ ਨੇ ਇੰਨੀਆਂ ਮਦਦਾਂ ਕੀਤੀਆਂ ਨੇ, ਅਸੀਂ ਉਹਨਾਂ ਦਾ ਰਾਹ ਮੰਨ ਕੇ ਬਹਿ ਗਏ ਅਤੇ ਫਿਰ ਇਹ ਗੱਲ ਠੀਕ ਨਹੀਂ। ਮੈਂ ਪਹਿਲੋਂ ਰਿਕੁਐਸਟ ਕੀਤੀ ਕੋਈ ਪਲੰਗ ਗੁੱਸਾ ਨਾ ਕਰੇ, ਤੁਸੀਂ ਬੈਠੇ ਹੋ ਸੋ ਤੁਹਾਨੂੰ ਇਹ ਨਹੀਂ ਕਿਹਾ, ਲੇਕਿਨ ਸਾਨੂੰ ਜਦੋਂ ਸਾਨੂੰ ਲੋੜ ਪੈਣੀ ਉਦੋਂ ਤਾਂ ਤੁਹਾਨੂੰ ਚਾਹੀਦਾ ਨਾ ਸਾਡਾ ਸਾਥ ਦੇਵੋ। ਬਿਸਮਿਲਲਾ ਆਓ ਜੀ, ਆ ਗਏ, ਚਲੋ ਸ਼ੁਰੂ ਕਰੋ। ਇਹ ਕਰਨ ਅਲਾਈ ਜੀ ਦਾ ਪੱਕਾ ਦਾਏ
ਬੈਠਾ ਏ ਚੌਂਪੜੀ ਪਾ ਮੀਆਂ ਤੇਰੇ ਨਾਲ ਦੇ ਪਿਲਿਆ ਲੱਤ ਗਏ ਸਬਦਾ ਚਲ ਚਦਾਮੀਆਂ ਤੇ ਰਾਜੇ ਵਾਂਗ ਫਰਹਾਦ ਨੇ ਆ ਸਾਬਤ ਜਾ ਬੈਠਣੀ ਦਾਰ ਪੱਕਾ ਮੀਆਂ ਤੇ ਦੋਵੇਂ ਇਸ਼ਕ ਮਜਾਦ ਵਿੱਚ ਉਰੇ ਸਿਦਕ ਦੇ ਗਏ ਬਿਹਾਮੀਆਂ ਵਾਰਿਸ ਸ਼ਾਇਸ ਖਾਬ ਸਰਾਂ ਦਿੱਤੇ ਕਈ ਵਜੜੇ ਗਏ ਬੇਵਾਰਸਾਂ ਰਹਿਮ ਕੀਜੇ ਗੱਲ ਇਹ ਹੀ ਗੱਲ ਅੱਲਾਹ ਨੇ ਸੂਰਾ ਬਲਦ 'ਚ ਕੀਤੀ ਸੀ ਕਿ ਜਿਹੜਾ ਮਸਕੀਨ ਯਤੀਮ ਹੈ ਨਾ ਘਾਟੀ 'ਚ ਜਾ ਕੇ ਨਾ ਉਹਦੇ ਉੱਤੇ ਹੱਥ ਰੱਖ ਜਿਸ ਤਰ੍ਹਾਂ ਸੁਰਾਹੀ ਸਰ ਨਿਗੂ ਹੋ ਕੇ ਫਰਾ ਕਰਦੀ ਹੈ ਪੈਮਾਨਾ ਅਸਲ 'ਚ ਕੁਝ ਮੁਹੱਬਤਾਂ ਵਾਲੇ ਲੋਕ ਹੀ ਇੰਜ ਦੇ ਹੁੰਦੇ ਨੇ ਹਸਤੀਆਂ ਇਹ ਵੇਖੋ ਨਾ ਮੇਰੇ ਮੂੰਹ 'ਤੇ ਹੀ ਇੰਨਾ ਨਾਂ ਚੜਿਆ ਕਿਉਂਕਿ 7-8 ਸਾਲ ਤੋਂ ਸ਼ਫਕਤ ਫਰਮਾ ਰਹੇ ਨੇ ਹਾਲਾਂਕਿ ਉਹ ਅਸੀਂ ਮੁਹੱਬਤ ਨਾਲ ਹੀ ਕਹਿ ਦਈਦਾ ਏਸੀ ਸਾਹਿਬ ਹਾਲਾਂਕਿ ਇਹ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਉਹ ਕਿਸੇ ਦਾ ਮੈਨੂੰ ਨਾ ਨਾ ਕਿ ਉਹ ਮੂੰਹ 'ਤੇ ਗੱਲ ਚੜ ਜਾਂਦੀ ਹੈ ਤੋ ਇੰਨੀਆਂ ਮੁਹੱਬਤਾਂ ਇਹ ਕਰਦੇ ਨੇ ਕਿ ਸਾਡੇ ਵੀ ਮੂੰਹ 'ਤੇ ਚੜ ਗਿਆ ਬਹਰਹਾਲ ਅੱਲਾ ਤੰਦਰੁਸਤੀ ਦੇ ਇਹਨਾਂ ਨੂੰ ਬੜੀ ਕਾਵਿਸ਼ ਇਹਨਾਂ ਦੀ ਵੀ ਵੇਖੋ ਏਸੀ ਸਾਹਿਬ ਵੀ ਨੇ ਔਰ ਨਾਲ ਹੋਰ ਵੀ ਅਫੀਸਰ ਨੇ ਮੈਂ ਇਨਸ਼ਾਅੱਲਾ ਗਾਹੇ ਬਗਾਏ ਸਭ ਦੇ ਨਾਲ ਲਵਾਂਗਾ ਸ਼ੁਕਰੀਆ ਵੀ ਅਦਾ ਕਰਾਂਗਾ ਲੇਕਿਨ ਸਾਡਾ ਮਕਸਦ ਇਸ ਟਾਈਮ ਇਹ ਵੇ ਕਿ ਅਸੀਂ ਜਿਹੜਾ ਫਾਈਨਲਾਈਜ਼ ਕਰਨਾ ਫਾਈਨਲ ਮੁਕਾਬਲਾ ਜਿਹਦੇ 'ਚ ਅਸੀਂ ਉਹ ਕੁਝ ਲੋਕ ਫਾਈਨਲ ਕੱਢਣੇ ਨੇ ਅਤੇ ਫਿਰ ਉਹਨਾਂ ਦੇ ਵਿੱਚੋਂ ਫਸਟ ਸੈਕਿੰਡ ਅਤੇ ਥਰਡ ਇਨਾਮ ਦੇਣਾ ਬਜ਼ੁਰਗ ਨੂੰ ਦੇਣਾ ਬੱਚੇ ਨੂੰ ਦੇਣਾ ਅਤੇ ਇਨਸ਼ਾਅੱਲਾ ਉਹ ਸੈਸ਼ਨ ਹੋਏਗਾ ਉਸ ਤੋਂ ਬਾਅਦ ਪਾਕਿਸਤਾਨ ਦੇ ਬੜੇ
ਮੁਹੱਬਤ ਵਾਲੇ, ਦਰਦ ਵਾਲੇ, ਹੀਰ ਪੜਨ ਵਾਲੇ, ਸਰਗੀ ਵਾਲੇ ਤੱਕ ਮੈਂ ਜਨਾਬੇ ਮੀਆਂ ਨਜ਼ੀਰ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਹ ਮਾਈਕ ਜਿਹੜਾ ਸਾਨੂੰ ਅਜ਼ਾਨਾਂ ਵਾਲੇ ਤੱਕ ਦਿਓ ਤਾਂ ਕਿ ਇਹ ਦੁਨੀਆ ਜਿਹੜੀ ਆਈ ਹੈ ਉਹ ਮਹਿਸੂਸ ਹੋ ਸਕੇ। ਅਤੇ ਦੂਜਾ, ਇਹ ਜਿਹੜੀ ਆਵਾਮ ਖਲੋਤੀ ਹੈ, ਇਹਨੇ ਇੱਕ ਬੰਦਾ ਆਇਆ ਕਿ ਯਾਰ ਜਿਹੜਾ ਪੜ੍ਹਨ ਵਾਲਾ ਆਵੇ ਨਾ ਖਲੋ ਕੇ ਪੜ੍ਹੇ ਤਾਂ ਕਿ ਜਿਹੜੇ ਪਿੱਛੇ ਵਿਚਾਰੇ ਨਹੀਂ ਵੇਖ ਸਕਦੇ ਉਹ ਵੀ ਵੇਖ ਲੈਣ। ਲਓ ਜੀ, ਡਾਕਟਰ ਅਲਤਾਫ ਸਾਹਿਬ ਆ ਗਏ ਨੇ, ਡਾਕਟਰ ਅਲਤਾਫ ਸਾਹਿਬ ਤਸ਼ਰੀਫ ਲਿਆਉਣ ਅਤੇ ਦੋ ਤਿੰਨ ਲਾਈਨਾਂ, ਇਸ ਤੋਂ ਬਾਅਦ ਕਿਹੜੇ ਉਹਨਾਂ ਨੂੰ ਵੀ ਬੁਲਾਓ ਜਲਦੀ। ਰਾਸ਼ਦ ਇਕਬਾਲ, ਰਾਸ਼ਦ ਇਕਬਾਲ ਸਾਹਿਬ ਵੀ ਇੱਥੇ ਆ ਜਾਣ ਪਿੱਛੇ ਜੀ। ਡਾਕਟਰ ਸਾਹਿਬ ਨਾਸਰ ਸਾਹਿਬ ਅੱਖੀਂ ਰਾਂਝਣੇ ਨੂੰ ਕਦੀ ਦਰਸ ਦੀਦਾਰ ਦੇ ਭੁੱਖੀਆਂ ਮੈਂ ਰੋਜ਼ੇ ਹਸਨ ਹੁਸੈਨ ਸ਼ਹੀਦ ਗਾਜ਼ੀ ਸੁਖੀਆਂ ਕਿਸੇ ਘੜੀ ਸੁਲੱਖਣੀ ਸਰੀਰ ਦਾ ਇਸ਼ਕ ਖੂਨੇ ਕਾਨੇ ਵਾਂਗ ਸਰੀਰ ਦੇ ਸੁੱਕੀਆਂ ਪਾਸੇ ਪਾਉਣੀਆਂ
ਸਿਰ ਸੈਦੜੇ ਦੇ ਥੁੱਕਾਂ ਥੁੱਕੀਆਂ ਦੁਸ਼ਮਨਾ ਜ਼ਾਲਮਾ ਟੁਕੀਆਂ ਸਾਡੇ ਦਰਮਿਆਨ ਇੱਕ ਹੋਰ ਫਕੀਰਾਂ ਨਾਲ ਮੁਹੱਬਤ ਕਰਨ ਵਾਲੀ ਤਸ਼ਰੀਫ ਲਿਆ ਨੇ ਆਜਿਜ਼ ਮਸਕੀਨ ਨਾਸਰ ਹੁਸੈਨ ਮੰਝ ਸਾਹਿਬ ਜੀ ਆਇਆਂ ਨੂੰ ਜੀ ਮੰਝ ਸਾਹਿਬ ਤੁਸੀਂ ਵੀ ਫਕੀਰ ਦੇ ਵਿਹੜੇ 'ਚ ਤਸ਼ਰੀਫ ਲਿਆ ਰਾਈਆਂ ਵਾਲੇ ਮੋੜ ਤੋਂ ਰਾਸ਼ਦ ਇਕਬਾਲ ਸਾਹਿਬ ਆਏ ਨੇ ਇਹ ਵੀ ਫਕੀਰ ਦਾ ਦਰਦ ਲੈ ਕੇ ਆਏ ਨੇ ਬਿਸਮਿਲਾ ਮੈਦਾਨ ਦੇ
ਚਾੜਿਆ ਯੂਸਫ ਬੋਲ ਕੇ ਬਾਪ ਨੂੰ ਖਾਬ ਦਸੀ ਉਹਨੂੰ ਖੂਦ ਵਿੱਚ ਉਤਾਰ ਆਈ ਵਾਰਸ ਸ਼ਾਹ ਕਰੂਨ ਨੂੰ ਉਸਨੇ ਦੌਲਤ ਹੇਠ ਜ਼ਮੀਨ ਦੇ ਜਾ ਨਿਗਾਰਿਆ ਠੀਕ ਹੋ ਗਿਆ ਹਨਾ ਉੱਤੇ ਲਾ ਕਿਆ ਬਾਤ ਆ ਸੋਹਣਾ ਹੋ ਗਿਆ ਰਾਤੀ ਨੂੰ ਜਾਜਦਾ ਸ਼ੌਕ ਹੋਇਆ ਨਬੀ ਪਾਕ ਦਾ ਕਹਿਣ ਜਮਾਲ ਮਾਏ ਆਇਆ ਬਈ ਲੈ ਕੇ ਹੋਇਆ ਤੁਰ ਲਿਆ ਯਾਰ ਨੇ ਯਾਰ ਨੂੰ ਪਾਲੀ ਮਾਏ
ਜਾਤ ਇੱਕ ਹੋਈ ਜਾਤ ਨਾਲ ਮਾਏ ਤੇ ਕਿਵੇਂ ਤਖਤ ਪੀਰਾਂ ਦਿੱਤਾ ਰਾਂਝਾ ਹੈ ਰੱਬ ਕੋਲੋਂ ਤੇ ਚੋਲੀ ਹੀਰ ਪਾਇਆ ਖੁਸ਼ੀ ਨਾਲ ਮਾਏ ਬਹੁਤ ਸੋਹਣਾ ਕਲਾਮ ਪੜ੍ਹਿਆ ਹਜ਼ਰਤ ਮੁਹਤਰਮ ਜਿਹੜੇ ਨਾਮ ਹੈ ਲੈ ਨਹੀਂ ਸਕਿਆ ਸਮਾਜੀ ਸ਼ਖਸੀਅਤ ਇੱਕ ਆਏ ਨੇ ਮਾਨੁੱਲਾ ਸੋਲ ਸਾਹਿਬ ਉਹਨਾਂ ਨੂੰ ਜੀ ਆਇਆਂ ਉਸ ਕਮੇਟੀ ਬਾਦਸ਼ਾਹ ਦੀ ਤਰਫੋਂ ਔਰ ਇੰਤਜ਼ਾਮੀਆ ਦੀ ਤਰਫੋਂ ਜਨਾਬੇ ਇੱਜ਼ਤ ਮਾਂ ਮਲਕ ਮਨਸ਼ਾ ਜਾਵੇਦ ਸਾਹਿਬ ਉਹਨਾਂ ਦੀ ਕਾਵਿਸ਼ ਜਿਹੜੇ ਕਿ ਸੀ ਓ ਮਿਊਂਸਪਲ ਕਮੇਟੀ ਨੇ ਔਰ ਮੁਹੰਮਦ ਬਿਲਾਲ ਹਿਜਰਾਜ ਸਾਹਿਬ ਜਿਹੜੇ ਹਿੱਸੀ ਸ਼ੇਖੂਪੁਰਾ ਨੇ ਉਹਨਾਂ ਦੀ ਬਹੁਤ ਬੜੀ ਖੁਸ਼ੀ ਹੈ ਅੱਲਾਹ ਪਾਕ ਉਹਨਾਂ ਨੂੰ ਇੱਜ਼ਤ ਅਤੇ ਬਰਕਤ ਦੇਵੇ ਔਰ ਐਸ ਐਲ ਅਨਾਇਤ ਸੰਧੂ ਸਾਹਿਬ ਸੀ ਓ ਡਿਸਟ੍ਰਿਕਟ ਕੌਂਸਲ ਸ਼ੇਖੂਪੁਰਾ ਮਾਲਕ ਉਹਨਾਂ ਨੂੰ ਇੱਜ਼ਤ ਬਰਕਤ ਦੇ ਔਰ ਮੈਂ ਦੱਸਦਾ ਚਲਾਂ ਜਿੰਨੀਆਂ ਮੁਹੱਬਤਾਂ ਦੇ ਨਾਲ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਜਿਨ੍ਹਾਂ ਦੇ ਇੱਜ਼ਤ ਮਾਲ ਸ਼ਾਹ ਇਮਰਾਨ ਮਾਤ ਸਾਹਿਬ ਉਹਨਾਂ ਵੀ ਮੁਹੱਬਤਾਂ ਕੀਤੀਆਂ ਨੇ ਤੇ ਇਹ ਵੇਖੋ ਨਾ ਜਿਹੜੇ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਸਾਹਿਬ ਮੀਆਂ ਨਜ਼ੀਰ ਸਾਹਿਬ ਦੇ ਵਿੱਚ ਬੈਠੇ ਤਾਂ ਵਿੱਚ ਬਹਿ ਕੇ ਆਪ ਵੀ ਲੁਤਫ ਲੈਂਦੇ ਨੇ ਜੀ ਇਹਨਾਂ ਦਾ ਵਿੱਚ ਬਹਿਣਾ ਇਹਨਾਂ ਦੇ ਸ਼ੌਕ ਔਰ ਇਸ਼ਕ ਨੂੰ ਜ਼ਾਹਰ ਕਰਦਾ ਕਿਉਂ ਮਨੀਪ ਸਾਹਿਬ ਲਓ ਜੀ ਤੁਹਾਡੇ ਸਾਹਮਣੇ ਇੱਕ ਸਾਡੇ ਕਮਰ ਮਹਿਬੂਬ ਸਾਹਿਬ ਆਏ ਨੇ ਅਗਰ ਮੇਰੀ ਆਵਾਜ਼ ਸੁਣਦੇ ਨੇ ਕਮਰ ਮਹਿਬੂਬ ਸਾਹਿਬ ਤਸ਼ਰੀਫ ਲਿਆਓ ਤੇ
ਦੀ ਹੈ ਕਾਜ਼ਬੀਨ ਕਾਜ਼ੀ ਮੂੰਹ ਬੋਲ ਅਵਲ ਰੇ ਬੋਲਨਾ ਏ ਤੂੰ ਰੱਦ ਹੋਵੇਂ ਮੁਸ਼ਰਕੀਨ ਕਾਦੀ ਕਦਰ ਇਸ਼ਕ ਦਾ ਆਸ਼ਿਕਾ ਸਾਦਿਕਾ ਨੂੰ ਚੱਖ ਮਾਰ ਦੇਨੇ ਜਾਹਲੀਨ ਕਾਦੀ ਅਤਾਉਲ ਮੁਸਤਫਾ ਸਾਹਿਬ ਤਸ਼ਰੀਫ ਲਿਆਉਣ ਅਤਾਉਲ ਮੁਸਤਫਾ ਅਤਾਉਲ ਮੁਸਤਫਾ ਹੈ ਜੀ 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 ਬਸ ਇਹਨਾਂ ਨੇੜੇ ਰਹੋ ਜਿਹਨਾਂ ਨੇ ਨਾਂ ਲਗਵਾਇਆ ਉਹ ਜ਼ਰਾ ਇੱਥੇ ਨੇੜੇ ਲਵੋ ਇਹਨਾਂ ਹੋਇਓ ਗੇਟ ਕੋਲ ਕੁਲਫੀ ਖਾਣ ਗਿਆ ਹੋਵੇ ਹੀਰ ਬਣਨ ਵਾਲੇ ਜਿਹਨੇ ਨਾਲ ਖਾਇਆ ਇੱਥੇ ਮੌਜੂਦ ਰਹੋ ਨਾ ਇੰਝ ਦੌੜ ਕੇ ਆਉਣ ਕਈ ਬੋਲ ਗਏ ਸ਼ਾਖ ਉਮਰ ਦੀ ਤੇ ਇੱਥੇ ਆਲਣਾ ਕਿਸੇ ਨਾ ਪਾਇਆ ਆਈ ਕਈ ਸਬਰ ਤੇ ਜ਼ੁਲਮ ਕਮਾ ਚੱਲੇ ਨਾਲ ਕਿਸੇ ਨਾਲ ਸਾਥ ਲਦਾਇਆ ਆਈ ਵੱਡੀ ਉਮਰ ਆਵਾਜ਼ ਔਲਾਦ ਵਾਲਾ ਜਿਸ ਨੂੰ ਤੂਫਾਨ ਮੰਗਵਾਇਆ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਰ ਮਿਲਾ